ਹਾਂ ਵਿਕੀ ਫਰੋਮ ਜ਼ੈਨ ਲੈਬਸ ਸਰ ਜ਼ੈਨ ਲੈਬਸ ਤੁਸੀਂ ਪਹਿਲਾਂ ਤੋਂ ਹੀ ਜਾਣੋ ਵਧੀਆ ਰਿਜ਼ਲਟਸ ਦੇ ਰਹੇ ਨੇ ਵਧੀਆ ਮੈਡੀਸਿਨਸ ਨੇ ਸਰ ਇਸ ਵਾਰ ਕੰਪਨੀ ਨੇ 3 ਨਵੇਂ ਪ੍ਰੋਡਕਟਸ ਲਾਂਚ ਕੀਤੇ ਨੇ ਡੀਟੈਕ ਡ੍ਰੌਪਸ ਦੀਸ ਆਰ ਫੋਰ ਵਿਟਾਮਿਨ D3 ਐਂਡ ਸਰ ਆਫਟਰ ਦੈਨ ਵੀ ਹੈਵ ਨਫੈਟਲੋਸ ਪਾਸ ਜੋ ਕਿ ਪੇਟ ਦਰਦ ਦੇ ਵਿੱਚ ਉਹ ਹੈਲਪ ਕਰਦਾ ਤੁਹਾਨੂੰ ਠੀਕ ਕਰਨ 'ਚ ਐਂਡ ਸਰ ਇਹ ਕੰਪਨੀ ਇੱਕ ਆਫਰ ਦੇ ਰਹੀ ਹੈ ਕਿ ਜੇ ਤੁਸੀਂ ਤਿੰਨੋਂ ਪ੍ਰੋਡਕਟਸ ਇਕੱਠੇ ਲੈਂਦੇ ਹੋ ਫੋਰ ਓਵਰਆਲ ਹੈਲਥ ਕੇਅਰ ਦੈਨ ਸਰ ਤੁਹਾਨੂੰ 10-15% ਦਾ ਡਿਸਕਾਊਂਟ ਮਿਲੇਗਾ ਸੋ ਸਰ ਪਲੀਜ਼ ਆਈ ਵਾਂਟ ਯੂ ਟੂ ਆਰਡਰ ਸਮਥਿੰਗ ਯੈਸ 6 ਡ੍ਰੌਪ ਓਕੇ ਲੀਟਰ 6 ਸਾਲੂ 6 ਮੈਪਸ ਓਕੇ ਸਰ ਬਾਈ ਜੀ ਇੱਕ ਚਾਹ ਦਿਓ ਜੀ ਅੱਛਾ ਜੀ ਵਾਹ ਅੱਜ ਦਾ ਟਿਫਨ ਆਪਣੇ ਚਿਹਰੇ ਵਾਂਗੂ ਚਮਕਾਤਾ ਵਿੱਕੀ ਜਨਾਬ ਜੀ ਅੱਜ ਆਪਣੀ ਮੈਰਿਜ ਐਨੀਵਰਸਰੀ ਆ ਤੇ ਮੈਰਿਜ ਐਨੀਵਰਸਰੀ ਦਾ ਪਤਨੀ ਨੂੰ ਮੈਰਿਜ ਨਾਲੋਂ ਜ਼ਿਆਦਾ ਚਾਹ ਹੁੰਦਾ ਮੈਰਿਜ ਨਾਲੋਂ ਜ਼ਿਆਦਾ ਚਾਹ ਕਿਉਂ ਮੇਰੇ ਭੋਲੇ ਪੰਛੀ ਉਹ ਇਸ ਲਈ ਜਦ ਉਸਨੂੰ ਉਸਦੇ ਸੁਪਨਿਆਂ ਦਾ ਮਨ ਪਾਉਂਦਾ ਜੀਵਨ ਸਾਥੀ ਮਿਲ ਜਾਵੇ ਜਮਾ ਹੀ ਤੁਹਾਡੇ ਵਰਗਾ ਅੱਛਾ ਜੀ ਹੁਣ ਸਮਝ ਗਿਆ ਪੂਰੀ ਤਰ੍ਹਾਂ ਹਾਂਜੀ ਨਾਲੇ ਮੇਰੀ ਗੱਲ ਸੁਣ ਇਹ ਪਿਆਰ ਭਰੀਆਂ ਗੱਲਾਂ ਨਾ ਕਰਿਆ ਕਰ ਮੈਨੂੰ ਕਿਤੇ ਛੁੱਟੀ ਨਾ ਲੈਣੀ ਪੈ ਜੇ ਤੁਹਾਡੇ ਬੌਸ ਦਾ ਫੋਨ ਆ ਜਾਣਾ ਜੇ ਲੇਟ ਹੋ ਗਏ ਹਾਂ ਬਾਬਾ ਜਾ ਹੀ ਰਿਹਾ ਜਾ ਤਾਂ ਆ ਰਹੇ ਹੋ ਆਉਣ ਦਾ ਟਾਈਮ ਪਤਾ ਹਾਂਜੀ 5 ਵਜੇ ਪਿਛਲੀ ਵਾਰ ਦੀ ਤਰ੍ਹਾਂ 9 ਵਜਾ ਦੇਣਾ ਓਕੇ ਜੀ ਔਰ ਹਾਂ ਗੋਲਡ ਚੈਨ ਓ ਹਾਂਜੀ ਯਾਦ ਹੈ ਸ਼ਾਮ ਨੂੰ ਗੋਲਡ ਚੈਨ ਦਊਂਗਾ ਤਾਂ ਹੀ ਰੋਟੀ ਮਿਲਣੀ ਹੈ ਇਹ ਤਾਂ ਤੁਸੀਂ ਪਿਛਲੀ ਵਾਰ ਵੀ ਕਿਹਾ ਸੀ ਯਾਰ ਪਿਛਲੀ ਵਾਰੀ ਤਾਂ ਤੈਨੂੰ ਪਤਾ ਤਾਂ ਹੈ 10 ਮਹੀਨੇ ਦਾ ਕਿਰਾਇਆ ਇਕੱਠਾ ਦੇਣਾ ਪੈ ਗਿਆ ਸੀ ਜੇ ਨਾ ਦਿੰਦੇ ਤਾਂ ਮਕਾਨ ਖਾਲੀ ਕਰਨਾ ਪੈ ਜਾਣਾ ਸੀ ਆਈ ਨੋ ਬਟ ਇਸ ਵਾਰ ਕੋਈ ਬਹਾਨਾ ਨਹੀਂ ਓਕੇ ਓਕੇ ਜੀ ਨੋ ਬਹਾਨਾ ਓਨਲੀ ਗੋਲਡ ਚੈਨ ਕੀ ਕਿੱਥੇ ਆ ਸਰ ਮੈਂ ਫੀਲਡ 'ਚ ਹਾਂ ਜੀ ਤੂੰ ਡਾਕਟਰ ਢਿੱਲੋਂ ਦੇ ਕਲੀਨਿਕ ਨਹੀਂ ਪਹੁੰਚਿਆ ਸਰ ਮੈਂ ਉਹਨਾਂ ਕੋਲ ਜਾ ਕੇ ਆਇਆ ਜੀ ਉਹਨਾਂ ਕੋਲ ਪੇਸ਼ੈਂਟ ਜ਼ਿਆਦਾ ਸੀ ਉਹ ਕਹਿੰਦੇ ਥੋੜ੍ਹਾ ਬਾਅਦ 'ਚੋਂ ਆ ਜਾਣਾ ਤੂੰ ਹੁਣੇ ਜਾ ਉਹਨਾਂ ਦੇ ਕਲੀਨਿਕ
ਸਰ ਹੁਣ ਤਾਂ ਜੀ ਮੈਂ ਘਰ ਨਿਕਲਣ ਲੱਗਿਆ ਸੀ ਮੇਰੀ ਮੈਰਿਜ ਐਨੀਵਰਸਰੀ ਹੈ ਜੀ ਮੈਂ ਆਪਣੇ ਘਰ ਵਾਲੇ ਨੂੰ ਟਾਈਮ ਦਿੱਤਾ ਹੋਇਆ ਜੀ ਪਰ ਮੈਂ ਡਾਕਟਰ ਢਿੱਲੋਂ ਟਾਈਮ ਦਿੱਤਾ ਹੋਇਆ ਤੇਰਾ ਟਾਈਮ ਜ਼ਰੂਰੀ ਹੈ ਕਿ ਮੇਰਾ ਟਾਈਮ ਜ਼ਰੂਰੀ ਤੁਹਾਡਾ ਜੀ 10 ਮਿੰਟ ਦੇ ਵਿੱਚ ਵਿੱਚ ਡਾਕਟਰ ਢਿੱਲੋਂ ਦੇ ਕਲੀਨਿਕ ਪਹੁੰਚ ਠੀਕ ਹੈ ਸਰ ਹਲੋ ਚਾ ਯਾਰ ਮੇਰੇ ਬੌਸ ਦਾ ਫੋਨ ਆ ਗਿਆ ਮੈਨੂੰ ਜਾਣਾ ਪੈਣਾ ਚਾਹ ਤਾਂ ਪੀਜੋ ਚੱਲ ਐਂ ਕਰ ਪੈਸੇ ਮੇਰੇ ਖਾਤੇ 'ਚ ਲਿਖ ਲਈ ਅਤੇ ਚਾਹ ਤੂੰ ਪੀ ਲਾ ਠੀਕ ਹੈ ਜੀ ਬਾਹਰ ਚੜ੍ਹਦਾ ਜੀ ਖੰਘ ਜੀ ਹੋਈ ਪਈ ਹੈ ਖੰਘ ਵੀ ਹੋਈ ਪਈ ਹੈ ਕਿੰਨੇ ਦਿਨ ਹੋ ਰਿਹਾ ਹੈ ਦੋ ਦਿਨ ਤੋਂ ਹੁੰਦਾ ਜੀ ਅੱਛਾ ਜੀ ਘੁੰਮ ਰਿਹਾ ਸਾਲ ਹੋ ਗਿਆ ਬੇਲੰਬੇ ਧੰਨ ਕਰ ਨੰਬਰ 24 23 ਨੰਬਰ ਆਓ ਜੀ ਵਿੱਕੀ ਮਹਾਰਾਜ ਕੀ ਹਾਲ ਚਾਲ ਹੈ ਤੁਹਾਡਾ ਵਧੀਆ ਭਾਜੀ ਤੁਸੀਂ ਦੱਸੋ ਬੈਠੋ ਤੁਹਾਡੀ ਚੇਨ ਰੇਡੀ ਹੈ ਆ ਭਾਜੀ ਦਿਖਾਇਓ ਦੇਖੋ ਵਾਹ ਭਾਜੀ ਵੈਰੀ ਨਾਈਸ ਭਾਜੀ ਤੁਸੀਂ ਐਂ ਕਰੋ ਤੁਸੀਂ ਇਹਦਾ ਬਿੱਲ ਕੱਟ ਦਿਓ ਤੇ ਮੈਨੂੰ ਪੇਮੈਂਟ ਦੱਸੋ ਕਿੰਨੀ ਹੈ ਕੀ ਗੱਲਾਂ ਕਰਦੇ ਹੋ ਵਿੱਕੀ ਮਹਾਰਾਜ ਪੈਸੇ ਕਿੱਥੇ ਭੱਜੇ ਜਾਂਦੇ ਆ ਤੁਸੀਂ ਚੇਨ ਦੇਖੋ ਪਰ ਮੈਂ ਤੁਹਾਨੂੰ ਲਿਜਾਣ ਦੀ ਇਜਾਜ਼ਤ ਨਹੀਂ ਦਿਆਂਗਾ ਤੁਸੀਂ ਲੇਟ ਕਾਫੀ ਹੋਗੇ ਨਹੀਂ ਨਹੀਂ ਭਾਜੀ ਚੇਨ ਤਾਂ ਮੈਂ ਅੱਜ ਹੀ ਲੈ ਕੇ ਜਾਣੀ ਹੈ ਵਿੱਕੀ ਮਹਾਰਾਜ ਤੁਸੀਂ ਮੇਰੇ ਮਿੱਤਰ ਹੋ ਤੁਸੀਂ ਹੋਗੇ ਕਾਫੀ ਲੇਟ 3 ਤੋਲੇ ਮਤਲਬ 1,00,000 ਰੁਪਇਆ ਪਿਛਲੇ ਹਫ਼ਤੇ ਮੇਰੇ ਕੋਲ ਇੱਕ ਬੰਦਾ ਆਇਆ ਸੀ ਸੋਨਾ ਲੈ ਕੇ ਗਿਆ ਰਾਸਤੇ 'ਚ ਕਿਸੇ ਨੇ ਲੁੱਟ ਲਿਆ ਮਾਹੌਲ ਖਰਾਬ ਹੈ ਭਾਈ ਸਮਝਿਆ ਕਰੋ ਤੁਸੀਂ ਭਾਜੀ ਅਸਲ 'ਚ ਮੇਰੀ ਅੱਜ ਮੈਰਿਜ ਐਨੀਵਰਸਰੀ ਹੈ ਜੀ ਅਤੇ ਤੀਵੀਆਂ ਦੇ ਸੁਭਾਅ ਦਾ ਤਾਂ ਤੁਹਾਨੂੰ ਪਤਾ ਹੀ ਹੈ
जर जाण तां वड्डी तों वड्डी गल वी जर जांदियां ने, ते जे ना जरन तां निक्की तों निक्की गल दा वी इशू बणा। बिलकुल सही है भाजी। ओ तुसी इक वारी भरजाई नाल गल तां करके देखो, मेरी करवा दो गल, जे कोई एडी गल है मेरी करवा दो गल। चलो भाजी मैं देखदा जी फिर गल करके। हेलो ज्योति। आई नहीं हले? बस चलन लगे। हले चले नहीं? ओ यार बॉस दा फोन आ गया सी। बॉस 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 दिन रात बॉस बॉस नाल ही फेरे ले लने सी। ओ चल छड यार, ओ मैं चैन देख ली ते पर ओ कहंदे भी नेरा बहुत हो गया ते कल नु ले जी। कल भी की लोड आ ले आंदी, रह नहीं दियो, पिछली बार भी तुसी ऐदा ही कीता सी, मेनू नहीं लोड किसे चीज दी। हेलो हेलो ਭਾਜੀ ਤੁਸੀਂ ਐਂ ਕਰਿਓ ਜੀ, ਤੁਸੀਂ ਮੈਨੂੰ ਬਿੱਲ ਕੱਟ ਦਿਓ ਤੇ ਆ ਪੈਕ ਕਰਵਾ ਦਿਓ। ਅੱਛਾ ਉਹ ਵਿੱਕੀ ਮਹਾਰਾਜ ਮਾਰੀ ਹੋਰ ਸੋਚ ਲੈਂਦੇ। ਨਹੀਂ ਨਹੀਂ ਭਾਜੀ। ਚਲੋ ਠੀਕ ਹੈ ਭਾਜੀ, ਆ ਕਰ ਦਿਓ ਪੈਕ। ਆ ਲਓ। ठीक है। ओके बटुआ लै लो, मोबाइल लै लो, चाहे मोटरसाइकिल भी लै लो, पर बैग छड़ दो। ओए बटुआ मोबाइल मोटरसाइकिल सानू देने पथेरे। ओए तू सानू लंडू समझिया? तेने की समझना, इनू आपा समझावांगे। असी तां मुर्गियां हलाल करदे आ मुर्गियां। ओए असी अंडे नहीं कट्ठे करदे। किन्ने तोलिया भाई जी मैनू जा लैण दो, मेरी मजबूरी है। होर अद्धी रात नू असी बिना मजबूरी तो तुरे फिरदे आ।
ਭਾਬੀ ਜੀ ਸਤਿ ਸ਼੍ਰੀ ਅਕਾਲ, ਆਹ ਜੇ ਐਂਡ ਜੇ ਜਵੈਲਰਸ ਤੋਂ ਬੋਲ ਰਿਹਾ। ਆਹ ਵਿੱਕੀ ਮਹਾਰਾਜ ਆਏ ਸੀ ਕੁਛ ਟਾਈਮ ਪਹਿਲਾਂ ਮੇਰੇ ਕੋਲ ਚੀਨੀ ਲੈਣ। ਉਹ ਮੈਂ ਕਿਹਾ ਭਾਈ ਮਾਹੌਲ ਖਰਾਬ ਹੈ, ਕੱਲ ਨੂੰ ਲੈ ਜੀ, ਪਰ ਮੰਨੇ ਨੀ, ਕਹਿੰਦਾ ਮੈਰਿਜ ਐਨਵਰਸਰੀ ਆ, ਅੱਜ ਹੀ ਲੈ ਕੇ ਜਾਣੀ ਹੈ। ਚਲੋ ਸ਼ੁਕਰ ਹੈ ਰੱਬ ਦਾ, ਘਰੇ ਠੀਕ ਠਾਕ ਪਹੁੰਚ ਗਏ। ਓਕੇ ਬਾਏ। ਜਿੱਦ ਜੇ ਜਨੂਨ ਬਣ ਜਾਵੇ ਤਾਂ ਇਨਸਾਨ ਜ਼ਿੰਦਗੀ ਵਿੱਚ ਸਭ ਕੁਝ ਪਾ ਸਕਦਾ ਹੈ, ਪਰ ਜਿੱਦ ਜਦ ਸਿਰਫ ਜਿੱਦ ਰਹੇ ਤਾਂ ਇਨਸਾਨ ਜ਼ਿੰਦਗੀ ਵਿੱਚ ਸਭ ਕੁਝ ਗਵਾ ਵੀ ਸਕਦਾ ਹੈ।